ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੈਂ ਹਾਂ ਪ੍ਰਵੀਨ ਕੋਮਲ, ਤੁਹਾਡਾ ਦੋਸਤ, ਤੁਹਾਡਾ ਹੋਸਟ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲਲਕਾਰਾ 2024 ਅਤੇ ਲਲਕਾਰਾ 2024 ਦੇ ਅੱਜ ਦੇ ਇਸ ਚਰਚਾ ਵਿੱਚ ਭਾਗ ਲੈਣ ਦੇ ਲਈ ਸਾਡੇ ਨਾਲ ਮੌਜੂਦ ਨੇ ਟਰੇਡ ਵਿੰਗ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਸ਼ਵਿੰਦਰ ਧਨੰਜਿਆ ਜੀ। ਸ਼ਵਿੰਦਰ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ ਕੋਮਲ ਜੀ, ਤੁਹਾਡਾ ਇੱਥੇ ਬੁਲਾਉਣ 'ਤੇ ਔਰ ਤੁਹਾਡੇ ਸਾਰੇ ਇਸ ਚੈਨਲ ਦੇ ਵਿਊਵਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਸੋ ਦੋਸਤੋ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲਲਕਾਰਾ 2024। ਧਨੰਜੇ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਮੁਬਾਰਕ ਦੇ ਦਈਏ ਸਾਡੇ ਆਵਾਮ ਨੂੰ, ਸਾਡੇ ਪੂਰੇ ਵੋਟਰਾਂ ਨੂੰ, ਹਿੰਦੁਸਤਾਨ ਦਿਆਂ ਨੂੰ, ਜਿਨ੍ਹਾਂ ਨੇ ਬੜੇ ਪੀਸਫੁੱਲ ਤਰੀਕੇ ਦੇ ਨਾਲ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਵੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਚੋਣ ਪ੍ਰਕਿਰਿਆ ਦਾ ਉਹ ਹਿੱਸਾ ਬਣੇ, ਅਤੇ ਉਸ ਤੋਂ ਇਲਾਵਾ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ, ਖਾਸ ਤੌਰ ਦੇ ਉੱਤੇ ਜਿਹੜੇ ਪੁਲਿਸ ਵਿਭਾਗ ਦੇ ਅਧਿਕਾਰੀ ਨੇ, ਅਤੇ ਇਸ ਦੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਵੀ ਅਸੀਂ ਇਸ ਗੱਲ ਦੀ ਮੁਬਾਰਕ ਦਿੰਦੇ ਹਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਜਿਹੜੀ ਚੁਨਾਵੀ ਅਮਲ ਸੀ ਉਹ ਨਿਪਰੇ ਚਾੜਿਆ। ਬਿਲਕੁਲ ਜੀ। ਅੱਛਾ, ਗੱਲ ਕਰੀ ਲਲਕਾਰਾ 2024, ਜਿਹੜਾ ਸਾਡਾ ਸਿਰਲੇਖ ਹੈ, ਸਾਡਾ ਹੈਡਿੰਗ ਹੈ, ਅਤੇ ਇਹਦੇ ਵਿੱਚ ਬੜੇ ਲਲਕਾਰੇ ਬੱਜੇ, ਕਿਤੇ ਤਾਂ ਅਬ ਕੀ ਵਾਰ 400 ਪਾਰ। ਬਿਲਕੁਲ। ਉਸ ਤੋਂ ਬਾਅਦ ਜੀ ਫਿਰ ਤੁਹਾਡੇ ਵੀ ਜਿਹੜੇ ਆਪਣੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਪੰਜਾਬ ਦੇ ਭਗਵੰਤ ਮਾਨ ਜੀ, ਉਹਨਾਂ ਨੇ ਵੀ ਕਿਹਾ ਇਸ ਵਾਰ 13-0, ਮਤਲਬ 13-0 ਵੀ 13 ਸਾਡੀਆਂ ਬਾਕੀ 0, ਮਾਮਲਾ ਕਿਤੇ ਨਾ ਕਿਤੇ ਫਸ ਗਿਆ। ਕੀ ਕਾਰਨ ਹੈ 13-0 ਦੀ ਥਾਂ ਤੁਹਾਡੇ ਪੱਲੇ 3 ਪਈਆਂ, ਅਗਲਾ ਜਿਹੜਾ 1 ਸੀ ਉਹ ਕੱਟਿਆ ਗਿਆ? ਦੇਖੋ ਕੋਮਲ ਜੀ, ਇਹ ਨਾ ਲੋਕਤੰਤਰ ਦੀ ਇੱਕ ਵੱਡੀ ਜੀ ਉਪਲਬਧੀ ਆ। ਲੋਕਤੰਤਰ ਇਸੇ ਨੂੰ ਕਿਹਾ ਜਾਂਦਾ ਜੀ, ਕਿਉਂਕਿ ਜੋ ਲੋਕਾਂ ਦਾ ਫਤਵਾ ਉਹ ਹਰ ਪਾਰਟੀ ਜੀ ਔਰ ਹਰ ਲੀਡਰ ਨੂੰ ਉਹਨੂੰ ਸਿਰ ਮੱਥੇ ਲੈਣਾ ਪੈਂਦਾ, ਚਾਹੇ ਉਹ ਸਟੇਟ ਲੈਵਲ ਦੇ ਹੋਣ, ਚਾਹੇ ਉਹ ਨੈਸ਼ਨਲ ਲੈਵਲ ਦੇ ਹੋਣ ਜੀ। ਇਹਦੇ ਵਿੱਚ ਲੋਕਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਨਾ ਹੁੰਦਾ ਜੀ ਜੀ, ਔਰ ਜਿਹੜੀ ਪਾਰਟੀਆਂ ਜਾਂ ਕੋਈ ਵੀ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਤੱਕ ਅਪਰੋਚ ਕਰਦਾ ਜਾਂ ਜੋ ਉਹਨਾਂ ਨੂੰ ਸਹੀ ਲੱਗਦਾ ਜੀ। ਖਾਸ ਤੌਰ 'ਤੇ ਮੈਂ ਪੰਜਾਬ ਦੀ ਗੱਲ ਕਰਾਂਗਾ ਔਰ ਸੰਗਰੂਰ ਦੀ ਗੱਲ ਕਰਾਂਗਾ। ਸੰਗਰੂਰ ਨੂੰ ਅਸੀਂ ਆਮ ਆਦਮੀ ਪਾਰਟੀ ਦਾ ਅਸੀਂ ਆਪਣਾ ਹੱਬ ਕਹਿੰਦੇ ਹਾਂ ਔਰ ਸਾਡੇ ਗੜ੍ਹ ਵੀ ਹੈਗਾ, ਔਰ ਉੱਥੇ ਅਮੀਤ ਹੇਰ ਨੇ ਆਪਣੀ ਇੱਕ ਬਹੁਤ ਵੱਡੀ ਜਿੱਤ ਦਰਜ ਕਰਕੇ ਬਾਕੀ ਸਾਰਿਆਂ ਨੂੰ ਇੱਕ ਇਹ ਸਿੱਧੇ ਤੌਰ 'ਤੇ ਇੱਕ ਮੈਸੇਜ ਦਿੱਤਾ ਗਿਆ ਉਹ ਲੋਕਾਂ ਵੱਲੋਂ, ਕਿਉਂਕਿ ਉਹ ਜਿੱਤ ਆਮ ਆਦਮੀ ਪਾਰਟੀ ਔਰ ਅਮੀਤ ਹੇਰ ਦੀ ਨਹੀਂ, ਉਹ ਸੰਗਰੂਰ ਦੇ ਉਹਨਾਂ ਲੋਕਾਂ ਦੀ ਜਿੱਤ ਆ ਜਿਨ੍ਹਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਕੇ ਪਾਰਟੀ ਨੂੰ ਮਤ ਤੋਂ ਕੰਮ ਲਿੱਤਾ। ਬਿਲਕੁਲ ਜੀ ਜੀ। ਇੱਕ ਗੱਲ ਹੋਰ ਹੈ ਕਿ ਤੁਹਾਡੀਆਂ ਜਿਹੜੇ ਦਿੱਗਜ ਸੀਗੇ ਅਤੇ ਉਹ ਵੀ ਹਾਰ ਗਏ ਸਿਲੈਕਸ਼ਨ ਦੇ ਵਿੱਚ? ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਕਿਉਂਕਿ ਹੁਣ ਪਹਿਲਾਂ 2022 ਦੇ ਇਲੈਕਸ਼ਨ ਵੀ ਹੋਏ ਸੀ ਜੀ, ਉਦੋਂ ਬਹੁਤ ਵੱਡੇ ਵੱਡੇ ਦਿੱਗਜ ਹਾਰੇ ਜੀ, ਔਰ ਕਈਆਂ ਪਾਰਟੀਆਂ ਹਾਸ਼ੀਏ 'ਤੇ ਆ ਗਈਆਂ 2022 ਤੋਂ ਜੀ। ਮੈਂ ਨਾ ਉਹਨੇ ਹੀ ਲੈਣਾ ਚਾਹੂੰਗਾ, ਕਿਉਂਕਿ ਇੱਕ ਅੱਧੀ ਹੋਵੇ ਤਾਂ ਦੇਖੀ ਜਾਂਦੀ ਹੈ, ਉਹਦੇ ਤਾਂ ਕਾਫੀ ਪਾਰਟੀਆਂ ਆਲ ਓਵਰ ਇੰਡੀਆ ਦੇ ਵਿੱਚ ਹਾਸ਼ੀਏ 'ਤੇ ਆ ਚੁੱਕੀਆਂ ਨੇ ਜੀ। ਪਰ ਇਹ ਲੋਕਤੰਤਰ ਦੀ ਇੱਕ ਖੂਬਸੂਰਤੀ ਆ ਵੀ ਹਰ ਬੰਦਾ ਜੀ ਆਪਣੀ ਮਰਜ਼ੀ ਨਾਲ ਆਪਣਾ ਕੈਂਡੀਡੇਟ ਚੁਣ ਸਕਦਾ, ਔਰ ਉਹਨਾਂ ਨੇ ਵਧੀਆ ਤਰੀਕੇ ਨਾਲ ਜੀ ਹਰ ਸਟੇਟ ਦੇ ਵਿੱਚ ਹਰ ਚੀਜ਼ ਦੇ ਵਿੱਚ, ਕਿਉਂਕਿ ਜਿਹੜੀ NDA ਸੀ ਉਹਨਾਂ ਨੂੰ UP ਦੇ ਵਿੱਚ ਬਹੁਤ ਆਸ ਸੀ, ਪਰ ਉਹ ਉੱਥੇ ਮੇਰੇ ਖਿਆਲ ਮੁਤਾਬਕ ਜਿਹੀ ਜੀ ਉਹਨਾਂ ਦੀ ਉਹਦੇ ਨੇੜੇ ਤੇੜੇ ਵੀ ਪਹੁੰਚ ਨਹੀਂ ਸਕੇ। ਇਹ ਇੱਕ ਲੋਕਤੰਤਰ ਦਾ ਇੱਕ ਵੱਡਾ ਆਮ ਲੋਕਾਂ ਨੂੰ ਦਿੱਤੀ ਹੋਈ ਤਾਕਤ ਆ, ਉਹ ਜਿਹਨੂੰ ਚਾਹਣ ਚਾਹੇ ਅਰਸ਼ 'ਤੇ ਲੈ ਆਉਣ ਚਾਹੇ ਫਰਸ਼ 'ਤੇ ਲੈ ਆਉਣ। ਅੱਛਾ, ਕੀ ਗੱਲ ਹੈ, ਕੀ ਕਾਰਨ ਹੈ ਕਿ ਓਵਰਆਲ ਜਿੱਥੇ ਜਿੱਥੇ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜੀਆਂ
ਸੀਟਾਂ ਦੇ ਉੱਤੇ ਤੁਸੀਂ ਵੀ ਉਮੀਦਵਾਰ ਖੜੇ ਕੀਤੇ ਹੋਣਗੇ। ਬਿਲਕੁਲ ਹੈ ਨਾ, ਬਿਲਕੁਲ। ਉੱਥੇ ਤੁਹਾਡੇ ਪ੍ਰਚਾਰ ਕਰਨ ਵੀ ਗਏ ਨੇ, ਸਟਾਰ ਪ੍ਰਚਾਰਕ ਭਗਵੰਤ ਮਾਨ ਹੋਰੇ ਵੀ ਗਏ ਨੇ, ਕਿਉਂਕਿ ਕੇਜਰੀਵਾਲ ਹੋਰੇ ਤਾਂ ਵਿਚਾਰੇ ਮਤਲਬ ਜੇਲ੍ਹ ਵਿੱਚ ਸੀਗੇ। ਅਤੇ ਕੀ ਕਾਰਨ ਹੈ ਕਿ ਉੱਥੇ ਵੀ ਤੁਹਾਡੀ ਪਰਫੋਰਮੈਂਸ ਇੰਨੀ ਵਧੀਆ ਨਹੀਂ ਰਹੀ ਜਿੱਥੇ ਰਹਿਣੀ? ਨਹੀਂ ਦੇਖੋ ਕੋਮਲ ਜੀ, ਮੈਂ ਇੱਕ ਚੀਜ਼ ਕਹਾਂਗਾ, ਜਿਹੜੀ ਪਰਫੋਰਮੈਂਸ ਆ ਤਾਂ 10 ਸਾਲ ਦੇ ਵਿੱਚ ਸਾਡੀ ਪਾਰਟੀ ਨੇ ਗੇਨ ਹੀ ਕਰਿਆ, ਕਿਉਂਕਿ ਅਸੀਂ 3 ਵਾਰ ਦਿੱਲੀ ਦੇ ਵਿੱਚ ਸਰਕਾਰ ਬਣਾ ਚੁੱਕੇ ਹਾਂ ਜੀ, ਔਰ ਛੋਟੇ ਜਿਹੇ ਪੀਰੀਅਡ ਦੇ ਵਿੱਚ ਅਸੀਂ ਇੱਕ ਨੈਸ਼ਨਲ ਪਾਰਟੀ ਬਣ ਚੁੱਕੇ ਹਾਂ, ਔਰ ਸੈਕਿੰਡ ਸਾਡੀ ਪੰਜਾਬ ਦੇ ਵਿੱਚ 92 ਸੀਟਾਂ ਨਾਲ ਇੱਕ ਬਹੁਤ ਤਕੜੀ ਸਰਕਾਰ ਜਿਹੜੀ ਲੋਕਾਂ ਦੇ ਉਹਦੇ ਨਾਲ ਬਣੀ ਹੋਈ ਆ। ਪਲੱਸ ਸਾਡੇ ਕੋਲ ਪਹਿਲਾਂ, ਇਹ ਤੋਂ ਪਹਿਲਾਂ ਜਦੋਂ ਹੁਣ ਅਸੀਂ ਇਸ MP ਦੇ ਕੰਸਟ੍ਰਕਟ 'ਚ ਗਏ ਹਾਂ, ਸਾਡੇ ਕੋਲ ਇੱਕ MP ਸਨ ਰਿੰਕੂ ਜੀ, ਉਹ ਵੀ ਸਾਨੂੰ ਛੱਡ ਕੇ ਚਲੇ ਗਏ ਸੀ ਹੁਣ ਰੀਸੈਂਟਲੀ, ਬਟ ਅਸੀਂ 1 ਤੋਂ 3 ਹੋਏ ਹਾਂ, ਅਸੀਂ ਤਾਂ ਗੇਨ ਹੀ ਕਰਿਆ, ਅਸੀਂ ਕੁਛ ਖੋਇਆ ਨਹੀਂ। ਸੈਕਿੰਡ ਆ ਜਾਂਦੇ ਆਪਾਂ ਦਿੱਲੀ ਦੀ ਗੱਲ 'ਤੇ, ਦਿੱਲੀ ਦੇ ਵਿੱਚ ਸਾਨੂੰ 2019 ਦੇ ਇਲੈਕਸ਼ਨਾਂ ਦੇ ਵਿੱਚ ਵੀ ਦਿੱਲੀ ਦੀ ਜਨਤਾ ਨੇ 7 ਦੀਆਂ 7 ਸੀਟਾਂ BJP ਨੂੰ ਦਿੱਤੀਆਂ ਸੀ। ਅੱਛਾ, ਇਸ ਵਾਰ ਵੀ ਉਹਨਾਂ ਨੇ 7 ਦੀਆਂ 7 ਸੀਟਾਂ BJP ਨੂੰ ਦਿੱਤੀਆਂ, ਇਹਦੇ ਉਲਟ ਉਹਨਾਂ ਨੇ ਦੋਨੇ ਵਾਰ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਚੁਣਿਆ, ਔਰ ਪੂਰਨ ਬਹੁਮਤ ਨਾਲ ਕਾਂਗਰਸ ਨੂੰ 0 ਕਰਦੇ ਹੋਏ ਔਰ BJP ਨੂੰ ਹਾਸ਼ੀਏ 'ਤੇ ਧੱਕਦੇ ਹੋਏ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣਾਈ। ਮਤਲਬ ਤੁਸੀਂ ਖੁਸ਼ ਹੋ ਕਿ ਉਸ ਵੇਲੇ ਕਾਂਗਰਸ ਨੂੰ 0 ਕੀਤਾ ਗਿਆ? ਨਹੀਂ, ਮੇਰਾ ਕਹਿਣ ਤੋਂ ਭਾਵ ਵੀ ਜੋ ਇਹ ਲੋਕਤੰਤਰ ਦੀ ਇੱਕ ਖੂਬਸੂਰਤੀ ਆ, ਔਰ ਲੋਕਾਂ ਦੀ ਆਪਣੀ ਮਰਜ਼ੀ ਆ, ਉਹਨਾਂ ਨੇ ਸਾਡੀ ਦਿੱਲੀ ਦੇ ਲੋਕਾਂ ਨੇ 3 ਵਾਰ ਸਰਕਾਰ ਬਣਾਈ, ਪਰ 3 ਵਾਰਾਂ ਦੇ ਵਿੱਚ ਉਹਨਾਂ ਨੇ 2019 ਦੇ ਵਿੱਚ ਵੀ ਸਾਨੂੰ 0 MP ਦਿੱਤੇ, 2024 ਦੇ ਵਿੱਚ ਵੀ ਸਾਨੂੰ 0 MP ਹੀ ਮਿਲੇ। ਪਰ ਪੰਜਾਬ ਦੇ ਵਿੱਚ ਸਾਡੇ ਕੋਲ ਪਹਿਲਾਂ 1 ਸੀ, ਹੁਣ ਉਹ ਤੋਂ ਅਸੀਂ 3 ਹੋਏ ਹਾਂ। ਇਹਦੇ ਵਿੱਚ ਸਿੱਖਣ ਨੂੰ ਮਿਲਦਾ, ਕਿਉਂਕਿ ਜੋ ਇਸ ਟਾਈਮ ਦੇ ਵਿੱਚ ਅਸੀਂ ਇੱਕ ਚੀਜ਼ ਕਹਾਂਗੇ, ਅਸੀਂ ਅਲਾਇੰਸ 'ਚ ਲੜੇ, ਅਸੀਂ ਇੱਕ ਡਿਕਟੇਟਰਸ਼ਿਪ ਦਾ ਅੰਤ ਚਾਹੁੰਦੇ ਸੀ, ਔਰ ਉਹ ਲੋਕਾਂ ਨੇ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਵੀ NDA ਨੂੰ ਵੀ ਹਾਸ਼ੀਏ 'ਤੇ ਲਿਆ ਕੇ ਖੜਾ ਕਰਤਾ, ਤਾਂ ਕਿ ਉਹ ਕਿਸੇ ਕਿਸਮ ਦੀ ਆਪਣੀ ਮਨਮਾਨੀ ਨਾ ਕਰ ਸਕਣ, ਕਿਉਂਕਿ NDA ਦੇ ਵਿੱਚ BJP ਵੀ ਆਪਣੇ ਸਪਸ਼ਟ ਬਹੁਮਤ ਨਾਲ ਸਰਕਾਰ ਨਹੀਂ ਬਣਾ ਸਕਦੀ। ਪਰ ਡਿਕਟੇਟਰਸ਼ਿਪ ਦੀ ਜੇ ਗੱਲ ਕਰਦੇ ਹੋ, ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀ BJP ਦੀ ਹਾਈ ਕਮਾਂਡ ਹੈ ਤਾਂ ਉਹਨੂੰ ਤੁਸੀਂ ਡਿਕਟੇਟਰ ਦੇ ਵਜੋਂ ਮੰਨਦੇ ਹੋ, ਠੀਕ ਹੈ? ਜੇ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੋ ਤਾਂ ਡਿਕਟੇਟਰਸ਼ਿਪ ਨੂੰ ਤਾਂ ਕੋਈ ਬਹੁਤਾ ਅਸੀਂ ਕਹਿ ਨਹੀਂ ਸਕਦੇ, ਕਿ ਉਹ ਤਾਂ ਫਿਰ ਵੀ ਬਹੁਮਤ ਤੁਹਾਡੇ ਨਾਲ ਵੱਧ ਲੈ ਗਏ ਨੇ। ਨਹੀਂ ਦੇਖੋ, ਅਲਾਇੰਸ ਦੀ ਉਹਨਾਂ ਦੀ ਹੈਗੀ ਆ, ਮੈਂ ਜੋ ਪਹਿਲਾਂ ਨਾਲੋਂ ਸੀ ਉਹ ਹਾਸ਼ੀਏ 'ਤੇ ਆਏ ਨੇ। ਇਹਨੂੰ ਆਪਾਂ ਨਰਿੰਦਰ ਮੋਦੀ ਜੀ ਦੀ ਕੋਈ ਬਹੁਤ ਵੱਡੀ ਮਤਲਬ ਉਹਨਾਂ ਦੇ ਚੜ੍ਹਾਈ ਨਹੀਂ ਕਹਿ ਸਕਦੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਈ ਇਲੈਕਸ਼ਨ ਦੇਖੇ ਹਾਂ ਕੋਮਲ ਜੀ, ਹਰ ਚੀਜ਼ ਦੇਖੀ ਆ ਜੀ। ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲੀ ਵਾਰੀ ਪਿੱਛੇ ਹੁੰਦਾ ਦੇਖਿਆ, ਇਹ ਲੋਕਤੰਤਰ ਦੀ ਖੂਬਸੂਰਤੀ ਆ। ਔਰ ਬਨਾਰਸ ਦੇ ਵਿੱਚ ਮੋਦੀ ਜੀ ਕਈ ਘੰਟੇ ਇਲੈਕਸ਼ਨ ਦੇ ਰੁਝਾਨਾਂ ਦੇ ਵਿੱਚ ਪਿੱਛੇ ਰਹੇ ਨੇ, ਔਰ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਔਰ ਇਹਦੇ ਵਾਸਤੇ ਮੈਂ ਅਸੀਂ ਵੀ ਐਨਾਲਿਸਿਸ ਕਰ ਰਹੇ ਹਾਂ ਵੀ ਇਹਦੇ ਕੀ ਕਾਰਨ ਸੀ, ਪਰ ਮੈਂ ਕਹੂੰਗਾ ਵੀ BJP ਨੂੰ ਵੀ ਇਹਦੇ ਐਨਾਲਿਸਿਸ ਕਰਨੇ ਚਾਹੀਦੇ ਨੇ, ਕਿਉਂਕਿ ਇੱਕ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਕਈ ਘੰਟੇ ਪਿੱਛੇ ਰਹਿਣਾ, ਜਿਹੜੇ ਕਿ ਕਈ ਲੱਖ ਦੀਆਂ ਅਸੀਂ ਪ੍ਰਧਾਨ ਮੰਤਰੀ ਔਰ ਜਿਹੜੇ ਸਾਡੇ ਲੀਡਰ ਸੀ ਲੱਖਾਂ ਵੋਟਾਂ ਨਾਲ ਜਿੱਤਦੇ ਦੇਖੇ ਨੇ। ਇੱਕ ਫਸਟ ਟਾਈਮ ਤੋਂ ਲੀਡ ਸਟਾਰਟ ਹੋ ਕੇ ਐਂਡ ਤੱਕ ਖਤਮ ਹੀ ਨਹੀਂ ਹੁੰਦੀ ਸੀ, ਔਰ ਲੀਡ ਇੰਨੀ ਹੁੰਦੀ ਸੀ ਪਤਾ ਹੀ ਨਹੀਂ ਲੱਗਦਾ ਸੀ ਵੀ ਕਿੱਥੇ ਤੱਕ ਪਹੁੰਚ ਗਈ। ਪਰ ਪਹਿਲੀ ਵਾਰ ਮੈਂ ਆਪਣੇ 50 ਸਾਲ ਦੇ ਕੈਰੀਅਰ ਦੇ ਵਿੱਚ ਮੈਂ ਇੰਨੇ ਇਲੈਕਸ਼ਨ ਦੇਖੇ ਨੇ, ਮੈਂ ਵੱਡਾ ਲੀਡਰ ਸਿਰਫ ਜੋ ਪਿੱਛੇ ਰਿਹਾ
ਉਹ ਨਰਿੰਦਰ ਮੋਦੀ ਹੀ ਦੇਖਿਆ। ਇਹ ਤੋਂ ਇੱਕ ਤਰੀਕੇ ਨਾਲ ਖਾਸ ਪਤਾ ਲੱਗ ਰਿਹਾ ਵੀ ਬਨਾਰਸ ਦੇ ਲੋਕ ਵੀ ਨਰਿੰਦਰ ਮੋਦੀ ਜੀ ਦੇ ਕੁਛ, ਮੈਂ ਨਹੀਂ ਕਹਿੰਦਾ ਸਾਰੇ, ਉਹ ਜਿੱਤ ਕੇ ਵੀ ਆਏ ਨੇ ਇੱਥੋਂ, ਬਟ ਜਿਨ੍ਹਾਂ ਨੇ ਉਹਨਾਂ ਨੂੰ ਨੈਗੇਟਿਵ, ਉਹਨਾਂ ਨਾਲ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਵੀ ਇਸਦਾ ਮੇਨ ਕਾਰਨ ਕੀ ਸੀ। ਉਹਦਾ ਮੇਨ ਕਾਰਨ ਜਿੱਥੇ ਤੱਕ ਸਾਡੀ ਸੋਚ ਆ, ਉਹ ਡਿਕਟੇਟਰਸ਼ਿਪ 'ਤੇ ਸੀ, ਜਿਹਦੇ ਕਾਰਨ ਉਹਨਾਂ ਨੂੰ ਵੀ ਪਿੱਛੇ ਰਹਿਣਾ। ਹੋਰ ਕੀ ਕਾਰਨ ਹੈ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਮਾਹੌਲ ਬਣਾਇਆ ਗਿਆ ਸੀ, ਐਗਜ਼ਿਟ ਪੋਲ ਬੜੇ ਦਾਅਵੇ ਕਰਦੇ ਸੀ, ਹੈ ਨਾ, ਐਗਜ਼ਿਟ ਪੋਲ ਪਹਿਲਾਂ ਵੀ ਕਈ ਵਾਰ ਖੈਰ ਫੇਲ ਹੋਏ ਨੇ, ਇਸ ਵਾਰ ਫਿਰ ਐਗਜ਼ਿਟ ਪੋਲ ਜਿਹੜੇ ਨੇ ਫੇਲ ਹੋਏ ਨੇ। ਐਗਜ਼ਿਟ ਪੋਲ ਦੇ ਦਾਅਵਿਆਂ ਦੇ ਬਾਵਜੂਦ ਅਜਿਹੇ ਕੀ ਕਾਰਨ ਸੀਗੇ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਪਿੱਛੇ ਗਈ ਆ ਅੱਗੇ? ਐਗਜ਼ਿਟ ਪੋਲ ਤਾਂ ਪਤਾ ਕੀ ਆ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਜਿਵੇਂ ਲੀਡਰ ਨੇ ਨਾ, ਲੀਡਰ ਆਪਾਂ ਕੁਛ ਟਾਈਮ ਦੇ ਵਿੱਚ ਦੇਖੇ ਸੀ, ਕਿਸੇ ਦੇ ਨਾ ਥਰਮਾਮੀਟਰ ਲਾ ਕੇ ਲੀਡਰ ਦੇ ਚੈੱਕ ਨਹੀਂ ਕਰ ਸਕਦੇ ਵੀ ਉਹ ਅੱਜ ਕਿਹੜੀ ਪਾਰਟੀ 'ਚ, ਕੱਲ੍ਹ ਕਿਹੜੀ 'ਚ ਹੋਏਗਾ, ਪਰਸੋਂ ਕਿਹੜੀ 'ਚ ਹੋਏਗਾ। ਹੁਣ ਅਸੀਂ ਐਗਜ਼ਿਟ ਪੋਲ ਵਾਲਿਆਂ ਦੇ ਵੀ ਕੋਈ ਟੈਲੀਸਕੋਪ ਜਾਂ ਕੋਈ ਉਹਦੇ ਕੋਈ DNA ਚੈੱਕ ਕਰਕੇ ਨਹੀਂ ਦੱਸ ਸਕਦੇ ਵੀ ਉਹ ਆਦਮੀ ਕਿਸ ਦੇ ਇਨਫਲੂਐਂਸ 'ਚ ਆ ਕੇ ਇਹ ਐਗਜ਼ਿਟ ਪੋਲ ਦੇ ਰਹੇ। ਨੇਤਾ ਲੋਕ ਬੜੇ ਦਲ ਬਦਲ ਹੋਤੇ ਹੈ, ਕਭੀ ਇਸਕੀ ਕਭੀ ਉਸਕੀ ਬਗਲ ਹੋਤੇ ਹੈ, ਬਗਲ ਹੋਤੇ ਹੈ। ਇਹ ਚੀਜ਼ ਹੁਣ ਐਗਜ਼ਿਟ ਪੋਲ 'ਤੇ ਵੀ ਲਾਗੂ ਹੁੰਦੀ ਆ ਵੀ ਹਮੇਂ ਤੋ ਆਪਣੋ ਨੇ ਮਾਰਾ, ਗੈਰੋ ਮੇਂ ਕਹਾਂ ਦਮ ਥਾ। ਨਹੀਂ ਪਰ ਐਗਜ਼ਿਟ ਪੋਲ ਤਾਂ ਬਾਅਦ ਵਿੱਚ ਆਉਂਦੇ ਨੇ ਨਾ, ਆਪਣੋ ਨੇ ਮਾਰਾ ਗੈਰੋ ਮੇਂ ਕਿਆ ਦਮ ਥਾ, ਇਹ ਜਿਹੜਾ ਹੈ ਐਗਜ਼ਿਟ ਪੋਲ ਦਾ ਕੋਈ ਵੋਟਾਂ 'ਤੇ ਤਾਂ ਪ੍ਰਭਾਵ ਹੁੰਦਾ ਨਹੀਂ। ਦੇਖੋ ਕੋਮਲ ਜੀ, ਇੱਕ ਚੀਜ਼ ਹੈਗੀ, ਲਾਭ ਕੀ ਹੈ ਇਹਦਾ? ਇਹਦਾ ਲਾਭ ਅੱਜ ਸ਼ੇਅਰ ਬਾਜ਼ਾਰ ਇੱਕਦਮ ਕ੍ਰੈਸ਼ ਕਰਿਆ 2200। ਐਗਜ਼ਿਟ ਪੋਲ ਨੇ ਕੀ ਕਰਿਆ, ਉਹ ਸ਼ੇਅਰ ਬਾਜ਼ਾਰ ਦੇ ਵਿੱਚ ਪਤਾ ਨਹੀਂ ਕਿੰਨਾ ਅਰਬਾਂ ਖਰਬਾਂ ਰੁਪਈਆ ਉਹ ਐਗਜ਼ਿਟ ਪੋਲ ਕਰਕੇ ਲੋਕਾਂ ਨੇ ਇਨਵੈਸਟ ਕਰਿਆ। ਅੱਜ ਉਹਦਾ ਜਿਹਨਾਂ ਦਾ ਜ਼ੀਰੋ ਹੋਇਆ, ਉਹਦਾ ਖਾਤਮੇ ਦਾ ਕਾਰਨ ਹੀ ਐਗਜ਼ਿਟ ਪੋਲ ਆ। ਔਰ ਇਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ, ਮਤਲਬ ਕਿਤੇ ਨਾ ਕਿਤੇ ਅਸੀਂ ਜਿਹੜਾ ਐਗਜ਼ਿਟ ਪੋਲ ਹੈ ਉਹ ਸੱਟੇ ਨੂੰ ਪ੍ਰਭਾਵਿਤ ਕਰਨ ਦੇ ਲਈ ਨੂੰ ਵੀ ਕਰਦਾ ਨਹੀਂ, ਇਨਫਲੂਐਂਸ ਕਰ ਰਹੇ ਨੇ ਆਮ ਲੋਕਾਂ ਦੇ ਫਾਈਨੈਂਸ਼ੀਅਲੀ ਕ੍ਰਾਈਸਿਸ ਜਿਹੜੇ ਲਿਆਂਦੇ ਗਏ ਨੇ। ਹੁਣ ਨੀਅਰ ਅਬਾਊਟ ਸ਼ੇਅਰ ਬਾਜ਼ਾਰ ਜਦੋਂ ਅੱਜ ਮਾਰਕੀਟ ਖੁੱਲ੍ਹੀ ਤਾਂ ਸ਼ੇਅਰ ਬਾਜ਼ਾਰ ਇੱਕਦਮ ਕਲੈਸ਼ ਹੋਇਆ, 2200 ਅੰਕ ਤੋਂ ਲੈ ਕੇ ਉਹ ਡਾਊਨ ਹੋਇਆ। ਉਹਦਾ ਮੇਨ ਕਾਰਨ ਜੋ ਮੈਂ ਮੰਨਦਾ ਤਾਂ ਉਹ ਐਗਜ਼ਿਟ ਪੋਲ ਦੇ ਕਾਰਨ ਹੀ, ਪਹਿਲਾਂ ਲੋਕਾਂ ਨੇ ਪੈਸੇ ਸ਼ੇਅਰ ਬਾਜ਼ਾਰ 'ਚ ਲਾਏ ਅਤੇ ਉਹ ਤੋਂ ਬਾਅਦ ਉਹ ਅੱਜ ਕਲੈਸ਼ ਹੋ ਕੇ ਉਹ ਲੋਕਾਂ ਦੇ ਪੈਸੇ ਡੁੱਬੇ। ਇਹਦਾ ਜ਼ਿੰਮੇਵਾਰ ਕੌਣ ਆ ਜੀ? ਜੀ ਇਹਦਾ ਜ਼ਿੰਮੇਵਾਰ ਸਿੱਧੇ ਔਰ ਅਸਿੱਧੇ ਤੌਰ 'ਤੇ ਐਗਜ਼ਿਟ ਪੋਲ ਹੀ ਹੈਗਾ। ਮਤਲਬ ਕਿਤੇ ਨਾ ਕਿਤੇ ਅਸੀਂ ਕਹੀਏ ਕਿ ਐਗਜ਼ਿਟ ਪੋਲ ਹੈ ਜਿਹੜਾ ਇਹ ਸੱਟੇਬਾਜ਼ੀ ਨੂੰ ਵੀ ਪ੍ਰਮੋਟ ਕਰਦਾ, ਜਿਵੇਂ ਕਿ ਐਗਜ਼ਿਟ ਪੋਲ ਜਿਹੜੇ ਇੱਕ ਉਹ ਫਲੌਲੀ ਦਾ ਕੋਈ ਸੱਟਾ ਬਾਜ਼ਾਰ ਹੈ, ਹੈ ਨਾ, ਉਸ ਤਰ੍ਹਾਂ ਦੇ ਵੀ ਉਹਨਾਂ ਨੇ ਵੀ ਐਗਜ਼ਿਟ ਪੋਲ ਇਸ ਤਰ੍ਹਾਂ ਦਿੱਤੇ ਨੇ। ਨਹੀਂ ਦੇਖੋ, ਮੈਂ ਇੱਕ ਉਹੀ ਗੱਲ ਕਹਿਣ ਲੱਗਿਆ ਵੀ ਇਹਨਾਂ ਨੇ ਕਾਰਪੋਰੇਟਾਂ ਨੂੰ ਪੈਸੇ ਬਣਾਏ ਨੇ ਇਹਦੇ ਵਿੱਚ ਵੀ, ਕਿਉਂਕਿ ਇੱਕਦਮ ਪਹਿਲਾਂ ਕਾਰਪੋਰੇਟਾਂ ਦੇ ਸ਼ੇਅਰ ਵਿਕੇ ਨੇ, ਉਹ ਤੋਂ ਬਾਅਦ ਉਹ ਡਾਊਨ ਵੀ ਹੋਏ ਨੇ, ਉਹ ਲੋਕਾਂ ਦੇ ਪੈਸੇ ਡੁੱਬੇ ਨੇ, ਔਰ ਉਹ ਪੈਸੇ ਦੇ ਹੀ ਆਪਾਂ ਅੰਕਲਨ ਨਹੀਂ ਕਰ ਸਕਦੇ ਵੀ ਇਸ ਇੱਕ ਜਾਂ ਦੋ ਦਿਨ ਦੇ ਵਿੱਚ ਹੀ ਸਿਰਫ ਐਗਜ਼ਿਟ ਪੋਲ ਪਲੱਸ ਨਤੀਜਿਆਂ ਦੇ ਕਾਰਨ ਜੋ ਰਿਐਲਿਟੀ ਸੀ ਉਹ 'ਚ ਫਰਕ ਆਉਣ ਕਾਰਨ ਲੋਕਾਂ ਦਾ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈਗਾ ਸਵਾਹ ਹੋਇਆ। ਅੱਛਾ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਮੁਸਲਿਮ ਭਾਈਚਾਰੇ ਦੇ ਬਾਰੇ ਵੀ ਜਿਹੜਾ ਮੋਦੀ ਜੀ ਨੇ ਕਾਫੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ, ਗੱਲਬਾਤ ਕੀਤੀ ਹੈ, ਉਹ ਵੀ ਹੋ ਸਕਦਾ ਕਿ ਇਹਦੇ ਨਾਲ ਮੁਸਲਿਮ ਭਾਈਚਾਰਾ ਨਾਰਾਜ਼ ਹੋਇਆ ਅਤੇ ਜਿਹੜੀ ਵੋਟ BJP ਨੂੰ ਮੁਸਲਮਾਨਾਂ ਦੀ ਪੈਂਦੀ ਸੀ ਅਤੇ ਉਹ ਵੋਟ ਵੀ ਜਿਹੜੀ BJP ਨੂੰ ਨਹੀਂ ਪਈ?
ਦੇਖੋ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੈ ਜੀ, ਅੱਬਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੇਖੋ ਇੱਕ ਡੈਮੋਕ੍ਰੇਸੀ ਵਾਲਾ ਇਹ ਮੁਲਕ ਹੈਗਾ, ਔਰ ਹਰ ਬੰਦਾ ਆਪਣਾ ਵਿਵੇਕ ਦੇ ਵਿੱਚ ਵੋਟ ਦਾ ਅਧਿਕਾਰ ਆਪਣਾ ਵਰਤ ਕੇ ਆਇਆ। ਉਹਨੂੰ ਨਾ ਤੁਸੀਂ ਕਿਸੇ ਮੁਸਲਿਮ ਸਿੱਖ ਹਿੰਦੂ ਨੂੰ ਵਰਤ ਕੇ ਪਾ ਸਕਦੇ ਹੋ, ਨਾ ਤੁਸੀਂ ਕੋਈ ਉਹਨੂੰ ਮੰਗਲ ਸੂਤਰ ਐਂਡ ਕੰਪਨੀ ਫਲਾਣਾ ਧਮਕਾਣਾ ਪਾ ਸਕਦੇ ਹੋ। ਉਹ ਤੁਹਾਨੂੰ ਮੁੱਦਿਆਂ ਤੇ ਆਉਣਾ ਹੀ ਪਵੇਗਾ, ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਕਿਉਂਕਿ ਇਹਨਾਂ ਸਰਕਾਰਾਂ ਕੋਲ ਕੀ ਆ, ਇਹਨਾਂ ਨੇ ਆਪਣੇ ਕੰਮ ਗਣਾਉਣ ਨੂੰ ਨਹੀਂ ਹੈਗੇ, ਤਾਂ ਇਹ ਉਹ ਚੀਜ਼ ਨੂੰ ਲੋਕਾਂ ਦਾ ਮਨ ਭਰਵਾਉਣ ਲਈ ਉਹਨੂੰ ਡਾਇਵਰਟ ਕਰਦੇ ਨੇ, ਤਾਂ ਕਿ ਉਹ ਆਪਣੇ ਮੁੱਦਿਆਂ ਤੋਂ ਭਟਕਾ ਕੇ ਉਹਨਾਂ ਦਾ ਜਿਹੜਾ ਮਤਦਾਨ ਆ ਉਹ ਆਪਣੀ ਫੇਵਰ ਦੇ ਵਿੱਚ ਕਰਿਆ ਜਾਵੇ। ਜੀ ਜੀ, ਅਤੇ ਹੁਣ ਕੀ ਲੱਗਦਾ ਤੁਹਾਨੂੰ, ਜਿਹੜੀ ਸਰਕਾਰ ਹੈ ਉਹ ਕਿਹਦੀ ਬਣ ਸਕਦੀ ਹੈ? ਮਤਲਬ ਜਿਵੇਂ ਕਿ ਇਹ ਕਿਹਾ ਗਿਆ ਕਿ ਪਿੱਛੇ ਜੇ ਕਿ ਰਾਹੁਲ ਹੋ ਰਿਹਾ ਨੇ, ਹੈ ਨਾ, ਵੀ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ, ਨਿਤੀਸ਼ ਕੁਮਾਰ ਨਾਲ ਗੱਲ ਚੱਲ ਰਹੀ ਹੈ ਕਿ ਤੁਸੀਂ ਸਾਡੇ ਵੱਲ ਆ ਜਾਓ, ਤੁਹਾਨੂੰ ਅਸੀਂ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦੇਵਾਂਗੇ। ਕੋਮਲ ਜੀ ਦੇਖੋ, ਮੈਂ ਨਾ ਅੱਜ ਇੱਕ ਸ਼ਰਦ ਪਵਾਰ ਜੀ ਦੀ ਇੰਟਰਵਿਊ ਦੇਖ ਰਿਹਾ ਸੀ। ਉਹਨਾਂ ਨੇ ਇੰਟਰਵਿਊ ਦੇ ਵਿੱਚ ਪੱਤਰਕਾਰ ਨੂੰ ਕਿਹਾ ਵੀ ਨਾ ਤਾਂ ਮੈਂ ਨਿਤੀਸ਼ ਕੁਮਾਰ ਜੀ ਨੂੰ ਫੋਨ ਕਰਿਆ, ਔਰ ਨਾ ਮੈਂ ਚੰਦਰਬਾਬੂ ਨਾਇਡੂ ਨੂੰ ਕਰਿਆ, ਔਰ ਕਹਿੰਦਾ ਜਬ ਬਾਤ ਨਿਕਲੀ ਤਾਂ ਦੂਰ ਤਲਕ ਜਾਏਗੀ, ਬਟ ਉਹਦਾ ਜੋ ਡਾਇਰੈਕਟ ਔਰ ਇਨਡਾਇਰੈਕਟ ਮੈਸੇਜ ਸੀ ਤਾਂ ਕੋਈ ਨਾ ਕੋਈ ਮੇਰੇ ਖਿਆਲ 'ਚ ਖਿਚੜੀ ਤਾਂ ਪੱਕੇ ਰਹੀ ਆ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਦੇ ਸਾਹਮਣੇ ਵੀ ਆਵੇਗੀ। ਅੱਛਾ, ਜਿਹੜੀ ਖਿਚੜੀ ਪੱਕ ਰਹੀ ਹੈ ਇਹਦਾ ਕਿਹਨੂੰ ਫਾਇਦਾ ਹੋ ਸਕਦਾ? ਦੇਖੋ ਫਾਇਦਾ ਤਾਂ ਇਹਦਾ ਨਿਤੀਸ਼ ਕੁਮਾਰ ਜੀ ਨੂੰ ਹੋਏਗਾ ਜੀ, ਆਪਣਾ ਸ਼ਰਦ ਪਵਾਰ ਜੀ ਨੂੰ ਹੋਏਗਾ, ਔਰ ਚੰਦਰਬਾਬੂ ਨਾਇਡੂ ਜੀ ਨੂੰ ਹੋਏਗਾ। ਤਿੱਕੜੀ ਨੂੰ ਹੋਊਗਾ, ਤਿੱਕੜੀ ਨੂੰ ਹੋਏਗਾ, ਕਿਉਂਕਿ ਇਹ ਜਿਹੜੀ ਤਿੱਕੜੀ ਆ ਜੋ ਮੈਂ ਆਪਣੇ ਹੁਣ ਤੱਕ ਦੇ ਪਿਛਲੇ ਵਿਸ਼ਲੇਸ਼ਣਾਂ 'ਚ ਦੇਖਿਆ, ਇਹ ਤਿੱਕੜੀ ਇੱਕ ਉਹ ਤਿੱਕੜੀ ਆ ਜਿਹੜੇ ਰਾਜਨੀਤੀ ਦੇ ਭੀਸ਼ਮ ਪਤਾਮਾ ਨੇ, ਕਿਉਂਕਿ ਸਾਡੇ ਵਰਗੇ ਤਾਂ ਅੱਜ ਕੱਲ੍ਹ ਦੇ ਬੱਚੇ ਹਾਂ ਅਸੀਂ ਇਹਨਾਂ ਦੇ ਸਾਹਮਣੇ, ਭੀਸ਼ਮ ਪਤਾਮਾ ਨੇ, ਔਰ ਊਂਠ ਕਿਸ ਕਰਵਟ ਬੈਠੇਗਾ ਬਤਾਏਗਾ। ਪਰ ਇੱਕ ਗੱਲ ਇਹ ਦੱਸੋ, ਜਿਹੜੀ ਖਿਚੜੀ ਇਹ ਪੱਕ ਰਹੀ ਹੈ ਅਤੇ ਹੋ ਸਕਦਾ ਮੋਦੀ ਜੀ ਵੀ ਇਹ ਖਿਚੜੀ ਦੇ ਵਿੱਚ ਕੜਛੀ ਹਿਲਾ ਦੇਣ ਆਪਦੀ? ਦੇਖੋ ਜਦੋਂ ਖਿਚੜੀ ਬਣ ਰਹੀ ਹੈ ਨਾ ਜੀ, ਤਾਂ ਖਿਚੜੀ ਜੇ ਆਪਾਂ ਗੁਜਰਾਤ 'ਚ ਦੇਖੀਏ ਤਾਂ ਉਹਦੇ ਵਿੱਚ ਬਾਜਰਾ ਬੂਜਰਾ ਹੋਰ ਚੀਜ਼ਾਂ ਪਾ ਕੇ ਬਣਾਇਆ ਜਾਂਦਾ, ਜੇ ਉਹ ਪੰਜਾਬ 'ਚ ਬਣਨੀ ਹੋਵੇ ਉਹ 'ਚ ਹੋਰ ਪਾਇਆ ਜਾਂਦਾ, ਜੇ ਉਹੀ ਰਾਜਸਥਾਨ 'ਚ ਬਣਨੀ ਹੋਵੇ ਉਹਦਾ ਹੋਰ ਪਾਇਆ ਜਾਂਦਾ। ਹੁਣ ਉਹ ਕਨਵੀਨੀਅੰਟ ਨਾਲ ਜਿਹਦੇ ਚੁੱਲ੍ਹੇ 'ਤੇ ਆ ਕੇ ਚੜ੍ਹ ਗਈ ਉਹਦੇ ਹਿਸਾਬ ਨਾਲ ਉਹਦੇ ਵਿੱਚ ਸਮੱਗਰੀ ਪਾਈ ਜਾਊਗੀ। ਬਾਅਦ ਵਿੱਚ ਜੇ ਕਿਸੇ ਨੂੰ ਲੋੜ ਪੈ ਗਈ ਦੇਸੀ ਘਿਓ ਪਾਲੇ, ਪਾਪੜ ਪਾਲੇ, ਦਹੀਂ ਪਾਲੇ, ਬਿਲਕੁਲ ਉਹ ਆਪਣੇ ਕਨਵੀਨੀਅੰਟ ਨਾਲ ਜਿਹਦੇ ਚੁੱਲ੍ਹੇ 'ਤੇ ਹੋਊਗੀ ਜਿਹਦੀ ਸਾਲੀ 'ਚ ਹੋਊਗੀ। ਮਤਲਬ ਕੁੱਲ ਮਿਲਾ ਕੇ ਸਾਡੇ ਜਿਹੜੇ ਭਾਰਤ ਵਾਸੀ ਨੇ ਇਹਨਾਂ ਨੂੰ ਇੱਕ ਨਵੀਂ ਕਿਸਮ ਦੀ ਖਿਚੜੀ ਦਾ ਸਵਾਦ ਵੀ ਹੈ ਜਿਹੜਾ ਉਹ ਚੱਖਣਗੇ। ਮਿਲ ਸਕਦਾ ਜੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਂ ਕਹਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਯਾਦ ਰੱਖਿਓ, ਉਹ ਕੋਮਲ ਜੀ ਮਿਲੇਗਾ ਹੀ ਮਿਲੇਗਾ, ਉਹ ਚਾਹੇ ਅੱਜ ਮਿਲ ਜਾਵੇ ਜੀ, 2 ਮਹੀਨਿਆਂ ਨੂੰ ਮਿਲ ਜਾਵੇ, 6 ਮਹੀਨਿਆਂ ਨੂੰ ਮਿਲ ਜਾਵੇ, ਕਿਉਂਕਿ ਅਸੀਂ ਕਿਉਂਕਿ ਬਾਕੀ ਲੀਡਰ ਇੱਦਾਂ ਦੇ ਨਹੀਂ ਹੈਗੇ ਵਾਜਪਾਈ ਸਾਹਿਬ ਵਰਗੇ, ਜਿਨ੍ਹਾਂ ਨੇ ਆਪਣੇ ਕੁਛ ਲੀਡਰਾਂ ਦੀਆਂ ਕਦਰਾਂ ਕੀਮਤਾਂ ਸੀ, ਉਹਨਾਂ ਨੇ ਕਿਸੇ ਨੂੰ ਆਪਣੀ ਪਾਰਟੀ ਨੂੰ ਬਚਾਉਣ ਵਾਸਤੇ ਜਾਂ ਆਪਣੀ ਮੁੱਖ ਮੰਤਰੀ ਔਰ ਪ੍ਰਧਾਨ ਮੰਤਰੀ ਪਦ ਤੱਕ ਵੀ ਉਹਨਾਂ ਨੇ ਕਦੇ ਕੰਪਰੋਮਾਈਜ਼ ਨਹੀਂ ਕਰਿਆ, ਕਿਉਂਕਿ ਪ੍ਰਧਾਨ ਮੰਤਰੀ ਲਈ ਉਹਨਾਂ ਨੂੰ ਕੁਛ ਸੀਟਾਂ ਦੀ ਥੋੜ੍ਹੀਆਂ ਜਿਹੀ ਜ਼ਰੂਰਤ ਸੀ, ਪਰ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕਰਿਆ ਔਰ ਆਪਣਾ ਅਹੁਦਾ ਛੱਡਿਆ, ਪਰ
ਹੁਣ ਵਾਲੇ ਜਿਹੜੇ ਹੈਗੇ ਨੇ ਉਹ ਮੈਂ ਨਹੀਂ ਕਹੂੰਗਾ ਮੌਕਾ ਪ੍ਰਸਤ ਨੇ, ਪਰ ਮੈਂ ਛਾਤਰ ਜ਼ਰੂਰ ਕਹਿ ਸਕਦਾ, ਛਾਤਰ ਜ਼ਰੂਰ ਕਹਿ ਸਕਦੇ। ਅਤੇ ਇੱਕ ਹੋਰ ਲੋਕਾਂ ਦੇ ਵਿੱਚ ਜਿਹੜੀ ਇਹ ਚਰਚਾ ਹੈ ਕਿ ਜਿਸ ਤਰ੍ਹਾਂ ਦਾ ਦਬਦਬਾ ਮੋਦੀ ਸਰਕਾਰ ਦਾ ਦੂਸਰੇ ਦੇਸ਼ਾਂ 'ਤੇ ਸੀ, ਪਾਕਿਸਤਾਨ ਦੇ ਉੱਤੇ ਸੀ, ਹੈ ਨਾ, ਕਿਸੇ ਦੀ ਹਿੰਮਤ ਨਹੀਂ ਹੋਈ ਵੀ ਉਹ ਕਹਿੰਦੇ ਸੀ ਸਾਡੀ ਪੋਲਿਸੀ ਹੈ ਘਰ ਮੇਂ ਘੁਸ ਕਰ ਮਾਰੇਂਗੇ ਅਗਰ ਕੋਈ ਹਮਾਰੀ ਤਰਫ, ਅਤੇ ਉਹ ਪੋਲਿਸੀ ਕੀ ਸਰਕਾਰ ਦੀ ਉਸੇ ਮਜ਼ਬੂਤੀ ਦੇ ਨਾਲ ਸਰਕਾਰ ਉਸ ਪੋਲਿਸੀ ਦੇ ਉੱਤੇ ਅਮਲ ਕਰੇਗੀ ਜਾਂ ਆਪਣੀ ਵਿਦੇਸ਼ ਨੀਤੀ ਦੇ ਵਿੱਚ ਕੁਛ ਚੇਂਜ ਲਿਆ ਸਕਦੀ ਹੈ? ਦੇਖੋ ਇਹਦੇ ਵਿੱਚ ਮੈਂ ਇੱਕ ਵੱਡੀ ਗੱਲ ਕਰਾਂਗਾ ਜੀ, ਵਿਦੇਸ਼ ਮੰਤਰੀ ਤਾਂ ਕਦੇ ਵਿਦੇਸ਼ ਗਏ ਨਹੀਂ ਜੀ ਪਿਛਲੇ 10 ਸਾਲ 'ਚ, ਅਤੇ ਵਿਦੇਸ਼ ਨੀਤੀ ਕੀ ਹੋਈ? ਇਹਦਾ ਮਤਲਬ ਇਹ ਹੈ ਵੀ ਜੋ ਮੋਦੀ ਸਾਹਿਬ ਨੇ ਕਹਿਤਾ ਵਿਦੇਸ਼ ਮੰਤਰੀ ਦੇ ਜੋ ਭਰਤਾ ਕੰਪਿਊਟਰ ਵਾਂਗੂ ਪੈਨ ਡਰਾਈਵ ਪਾ ਕੇ ਫੀਡ ਕਰਤਾ, ਇਹਦਾ ਮਤਲਬ ਇਹ ਆ ਵੀ ਇਹ ਕਿਸੇ ਵਿਜ਼ਨ ਨਾਲ ਕੰਮ ਨਹੀਂ ਚੱਲ ਰਿਹਾ, ਜੋ ਪੈਨ ਡਰਾਈਵ ਇੰਸਰਟ ਕਰਕੇ ਵਿਦੇਸ਼ ਮੰਤਰੀ ਦੇ ਪਾਤੀ ਉਹ ਚੱਲ ਰਹੀ ਹੈ। ਪਰ ਮੈਂ ਅੱਜ ਫਿਰ ਵੀ ਕਹਾਂਗਾ ਵੀ ਹਿੰਦੁਸਤਾਨ ਦੀ ਸੈਨਾ ਔਰ ਹਿੰਦੁਸਤਾਨ ਦੇ ਲੋਕ ਉਹ ਇੰਨੇ ਕੁ ਕੈਪੇਬਲ ਹੈਗੇ ਨੇ ਜਿਨ੍ਹਾਂ ਦੇ ਸਿਰ 'ਤੇ ਚੁਣੇ ਹੋਏ ਨੁਮਾਇੰਦੇ ਛਾਲਾ ਮਾਰ ਸਕਦੇ ਨੇ, ਨਾ ਕਿ ਚੁਣੇ ਹੋਏ ਨੁਮਾਇੰਦਿਆਂ ਕਰਕੇ ਹਿੰਦੁਸਤਾਨ ਨੂੰ ਕੋਈ ਆਪਾਂ ਸਿੱਧੀ ਲੈਣ 'ਤੇ ਲਿਆ ਸਕਦੇ। ਇਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਵਾਰੀ ਅਸੀਂ ਜਿਹੜਾ ਮਕਬੂਜ਼ਾ ਕਸ਼ਮੀਰ ਹੈ ਅਸੀਂ ਕਸ਼ਮੀਰ ਲੈ ਕੇ ਰਹਾਂਗੇ। ਦੇਖੋ ਮੈਂ ਕਹਿੰਦਾ ਛੋਟੀ ਮੂੰਹ ਵੱਡੀ ਗੱਲ, ਕਿਤੇ ਹੋ ਸਕਦਾ ਕੋਈ ਅਡਾਨੀ ਅਵਾਨੀਆਂ ਨਾਲ ਉਹਦਾ ਕੋਈ ਸੌਦਾ ਨਾ ਹੋ ਰਿਹਾ ਹੋਵੇ। ਕਿਸ ਤਰ੍ਹਾਂ ਦਾ? ਵੀ ਅਸੀਂ ਭਾਈ ਤੁਹਾਨੂੰ ਇਹ ਵੇਚ ਦਿੰਦੇ ਹਾਂ ਔਰ ਜਿਹੜਾ J&K ਆ ਉਹ ਅਸੀਂ ਪਾਕਿਸਤਾਨ, ਮਤਲਬ ਜਿਹੜਾ ਪੰਜਾਬ ਹੈਗਾ ਉਹ ਪਾਕਿਸਤਾਨ ਦੀ ਕਿਸੇ ਏਜੰਸੀ ਨੂੰ ਵੇਚਣ ਨੂੰ ਫਿਰਦੇ। ਹੁਣ ਵੀ ਇਹ ਤੁਸੀਂ ਲੈ ਜਿਓ, ਬਹੁਤ ਵੱਡੀ ਗੱਲ ਕਰਤੀ ਹੈ ਤੁਸੀਂ ਕਿ ਜਿਹੜਾ POK ਦੇ ਬਦਲੇ ਵੀ ਪੰਜਾਬ ਦਿੱਤਾ ਜਾ ਸਕਦਾ ਪਾਕਿਸਤਾਨ ਨੂੰ? ਨਹੀਂ, ਇਹਨਾਂ ਦੇ ਉੱਤੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਅੱਜ ਬਿਨਾਂ ਕਿਸੇ ਬੈਟਲ ਤੋਂ, ਕਿਉਂਕਿ ਵਰਲਡ ਵਾਰ ਜਿਹੜੀ ਹੈਗੀ ਆ ਉਹ ਦੇਸ਼ ਪਰਮਾਣੂ ਬੰਬਾਂ ਦੀ ਜਿਹੜੀ ਬੰਬਾਰੀ ਹੋਣ ਦੇ ਕਿਨਾਰੇ 'ਤੇ ਬੈਠਾ, ਇਹ ਕਿਵੇਂ ਲੈ ਲੈਣਗੇ ਜੀ? ਕੋਈ ਤਰਕ ਵਾਲੀ ਗੱਲ ਹੋਵੇ, ਹਾਂ ਕੋਈ ਵੇਚ ਵੱਟ ਕੇ ਜਾਂ ਕੋਈ ਸੌਦਾ ਕਰਕੇ ਤਾਂ ਕੋਈ ਹੋ ਸਕਦਾ ਇੱਦਾਂ ਦਾ ਕੰਪਰੋਮਾਈਜ਼ ਨਾਲ, ਔਰ ਕੰਪਰੋਮਾਈਜ਼ ਬੰਗਲਾਦੇਸ਼ ਨੂੰ ਵੀ ਇਹਨਾਂ ਨੇ ਜ਼ਮੀਨ ਦਿੱਤੀ, ਕੁਛ ਇੱਧਰੋਂ ਇੰਦਰਾ ਗਾਂਧੀ ਦੇ ਇੱਧਰੋਂ ਦੇ ਤਾਂ ਇੱਧਰੋਂ ਲੈ ਲਿਆ, ਔਰ ਉਹ ਤੋਂ ਬਿਨਾਂ ਕਿਵੇਂ ਸੰਭਵ ਆ? ਤੁਸੀਂ ਵੀ ਇੱਕ ਬੁੱਧੀਜੀਵੀ ਵਰਗ ਨਾਲ ਵਿਚਰਦੇ ਆ ਰਹੇ ਹੋ, ਇਹ ਸੰਭਵ ਜੋ ਚੀਜ਼ ਸੰਭਵ ਹੈ ਨਹੀਂ ਹੈਗੀ, ਉਹਦਾ ਤਾਂ ਜਦ ਤਾਂ ਇਹ ਕਾਰਨ ਹੋਏਗਾ ਵੀ ਕੋਈ ਅਲਾਜੀਨ ਲੱਭ ਗਿਆ ਹੋਵੇ ਇਹਨਾਂ ਨੂੰ ਜਾਦੂ ਦੀ ਛੜੀ, ਉਹਦੇ ਨਾਲ ਹੋ ਸਕਦਾ ਜੀ। ਅੱਛਾ ਲਾਸਟ ਵਿੱਚ ਆਪਾਂ ਮੁੜ ਕੇ ਫਿਰ ਪੰਜਾਬ 'ਤੇ ਆ ਜਾਈਏ। ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਜਿਵੇਂ ਮੈਂਡੇਟ ਮਿਲਿਆ ਸੀ 92-92 ਸੀਟਾਂ, ਬਹੁਤ ਵੱਡੀ ਗੱਲ ਸੀ। ਉਸ ਤੋਂ ਬਾਅਦ ਤੁਹਾਡੀ ਜਿਹੜੀ ਤੁਸੀਂ ਜਿਹੜਾ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਹਾਰੇ ਹੋ ਸੰਗਰੂਰ ਤੋਂ, ਹੈ ਨਾ, ਉਹ ਵੀ ਇੱਕ ਪੱਖ ਸੀ, ਅਤੇ ਹੁਣ ਜਦੋਂ ਸਿਰਫ 3 ਸੀਟਾਂ ਤੁਹਾਨੂੰ ਮਿਲ ਗਈਆਂ ਨੇ, ਕਿੱਥੇ ਕਮੀ ਰਹੀ ਹੈ, ਕਿੱਥੇ ਤਾਲਮੇਲ 'ਚ ਕਿਵੇਂ ਰਹੀ ਹੈ? ਹਾਲਾਂਕਿ ਬੜੀਆਂ ਲੋਕ ਲੁਭਾਵਣ ਸਕੀਮਾਂ ਵੀ ਸੀ, ਫਰੀ ਬਿਜਲੀ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਸਕੂਲ ਆਫ ਹੈ ਨਾ ਜਿਹੜੇ ਨੇ ਐਮੀਨੈਂਸ ਵੀ ਬਣਾਏ ਗਏ ਨੇ, ਮੁਹੱਲਾ ਕਲੀਨਿਕ ਵੀ ਬਣਾਏ ਗਏ ਨੇ, ਕੰਮ ਤਾਂ ਬਹੁਤ ਕੀਤੇ ਨੇ। ਦੇਖੋ ਇੱਕ ਚੀਜ਼ ਆ ਕੋਮਲ ਜੀ, ਅਸੀਂ ਪਹਿਲੀ ਗੱਲ ਤਾਂ ਇਹ ਆ ਵੀ ਪਹਿਲਾਂ ਸਾਡੇ ਕੋਲ ਇੱਕ ਸੀਟ ਸੀ ਪ੍ਰਿੰਕੂ ਵਾਲੀ, ਉਹ ਵੀ ਚਲੇ ਗਏ ਅਤੇ 0 ਸੀਟ ਸੀ, ਅਸੀਂ 3 'ਤੇ ਆਏ ਹਾਂ, ਅਸੀਂ ਗੇਨ ਕਰਿਆ। ਬਟ ਜਿਹੜੀਆਂ ਬਾਕੀ ਸੀਟਾਂ ਸੀ ਸਾਡੀਆਂ ਉਹਨਾਂ ਦੀ ਵੀ ਰੀਡ ਕਿਸੇ ਦੀ 10,000 ਦੀ ਵੋਟ ਨਾਲ ਸਾਡੀ ਹਾਰ ਹੋਈ ਆ। ਕਿਸੇ ਦੀ ਕਾਰਨ ਕੀ ਹੈ?
ਰੀਜ਼ਨ ਹੁੰਦਾ ਜੀ ਇਹ ਲੋਕਤੰਤਰ ਦੀ ਇੱਕ ਖੂਬਸੂਰਤੀ। ਨਹੀਂ ਖੂਬਸੂਰਤੀ ਇੰਨੀ ਵੀ ਨਹੀਂ ਹੋਣੀ ਚਾਹੀਦੀ ਵੀ ਤੁਸੀਂ 13-0 ਦਾ ਦਾਅਵਾ ਕਰ ਰਹੇ ਤੇ ਮਿਲੀਆਂ 3। ਨਹੀਂ ਮੈਂ ਉਹੀ ਤੁਹਾਨੂੰ ਗੱਲ ਕਰਾਂ, ਖੂਬਸੂਰਤੀ ਥੋੜਾ ਕਹਾਂਗੇ, ਲੋਕਤੰਤਰ ਦੀ ਤਾਂ ਹੈ ਤੇ ਤੁਹਾਡੀ ਖੂਬਸੂਰਤੀ ਦੀ ਗੱਲ ਕਰ ਰਹੇ। ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਹਾਈ ਕਮਾਂਡ, ਪਾਰਟੀ ਹਾਈ ਕਮਾਂਡ ਬੈਠ ਕੇ ਆਕਲਨ ਕਰੇਗੀ ਔਰ ਉਹਦੀਆਂ ਜੋ ਕਮੀਆਂ ਨੇ ਉਹਨਾਂ ਨੂੰ ਵੀ ਦਰੁਸਤ ਕਰਿਆ ਜਾਵੇਗਾ। ਪਰ ਇਨੀਸ਼ੀਅਲ ਸਟੇਜ ਤੇ ਇਸ ਬਾਰੇ ਹੁਣੇ ਕੋਈ ਰਾਇ ਦੇਣਾ, ਕਿਉਂਕਿ ਉਹਦੇ ਜਿਹੜੇ ਫੈਕਟਰ ਨੇ ਉਹ ਲਏ ਜਾਣਗੇ, ਮਤਲਬ ਛੋਟੇ ਵਲੰਟੀਅਰ ਤੋਂ ਲੈ ਕੇ ਉੱਪਰ ਲੈਵਲ ਤੱਕ ਉਹਦੀ ਚਰਚਾ ਹੋਏਗੀ ਔਰ ਚਰਚਾ ਤੋਂ ਬਾਅਦ ਉਹਦੇ ਵਿੱਚ ਜੋ ਕਮੀਆਂ ਹੋਣਗੀਆਂ ਉਹਨਾਂ ਨੂੰ ਦੂਰ ਕੀਤਾ ਜਾਊਗਾ, ਕਿਉਂਕਿ ਅਗਰ ਉਹ ਕਮੀਆਂ ਸਾਨੂੰ ਪਹਿਲਾਂ ਪਤਾ ਹੁੰਦੀਆਂ ਤਾਂ ਅਸੀਂ ਉਹ ਕਮੀਆਂ ਆਉਣੀ ਨਹੀਂ ਦੇਣੀਆਂ ਸੀ ਔਰ ਉਹਨਾਂ ਨੂੰ ਉਹਦੀ ਘੋਖ ਕਰਕੇ ਉਹਨਾਂ ਦਾ ਕੋਈ ਪ੍ਰੋਪਰ ਹੱਲ ਕੱਢਿਆ ਜਾਵੇਗਾ। ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਸ ਚਰਚਾ ਦੇ ਵਿੱਚ ਭਾਗ ਲੈਣ ਲਈ। ਇਹ ਸਨ ਸ਼ਵਿੰਦਰ ਧਨੰਜਿਆ ਜਿਨ੍ਹਾਂ ਨੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ, ਖਾਸ ਤੌਰ 'ਤੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਵਾਰ ਜਿਹੜੀ ਦੁਰਦਸ਼ਾ ਤਾਂ ਨਹੀਂ ਕਹਿ ਸਕਦੇ ਅਸੀਂ, ਜਿਹੜੀ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਨੁਕਸਾਨ ਝੱਲਣਾ ਪਿਆ, ਜਿਹੜਾ 13-0 ਦੀ ਬਜਾਏ ਉਹਨਾਂ ਨੂੰ 3 ਹੀ ਮਿਲੇ ਨੇ, ਇਹਦੇ ਬਾਰੇ ਪਾਰਟੀ ਵਿਚਾਰ ਵੀ ਕਰੂਗੀ, ਚਰਚਾ ਵੀ ਕਰੂਗੀ ਅਤੇ ਕੀ ਕਾਰਨ ਸੀਗੇ ਉਹਨਾਂ ਕਾਰਨਾਂ 'ਤੇ ਗੌਰ ਕਰਕੇ ਅੱਗੇ ਨੂੰ ਉਹ ਜਿਹੜੀਆਂ ਗਲਤੀਆਂ ਸੁਧਾਰੀਆਂ ਵੀ ਜਾਣਗੀਆਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਡੇ ਦਰਸ਼ਕਾਂ ਦਾ ਜਿਹੜੇ ਸਾਡਾ ਜਿਹੜਾ ਚੈਨਲ ਵੇਖਦੇ ਹੋ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਕਰੋ, ਬੈੱਲ ਆਈਕਨ ਦਾ ਬਟਨ ਦਬਾਓ ਅਪਡੇਟਸ ਦੇ ਲਈ, ਅਤੇ ਵੇਖਦੇ ਰਹੋ ਸਾਡਾ ਚੈਨਲ। ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ, ਵੰਦੇ ਮਾਤਰਮ, ਆਦਾਬ, ਨਮਸਕਾਰ।